ਯਾਰ ਤੁਸੀਂ ਡਰਿੰਕ ਨਹੀਂ ਕਰਦੇ ਸਾਰੇ? ਐਨੀਵੇ ਜਿਹੜਾ ਬੰਦਾ ਡਰਿੰਕ ਨਹੀਂ ਕਰਦਾ, ਜੋ ਜਿਹੜਾ ਬੰਦਾ ਨਹੀਂ ਕਰਦਾ ਉਹ ਹੱਥ ਖੜਾ ਕਰੋ, ਨਹੀਂ ਕਰਦਾ ਜਿਹੜਾ ਬੰਦਾ ਨਹੀਂ ਡਰਿੰਕ ਕਰਦਾ ਹੱਥ ਖੜਾ ਕਰੋ, ਸਾਰਿਆਂ ਦੇ ਕੈਮਰਾ ਘੁਮਾਓ। ਇਹ ਤੁਹਾਡੇ ਡਰਾਈਵਰ ਆ, ਮੈਂ ਕਰਦਾ ਡਰਿੰਕ, ਤੁਹਾਡੇ ਦੋਸਤ ਅੰਡੇ ਤੱਕ ਨਹੀਂ ਖਾਂਦਾ, ਤੁਹਾਡੇ ਦੋਸਤ ਆ ਤੁਹਾਨੂੰ ਤੇ ਨਹੀਂ ਸਿਆ ਪਿਆਰ ਨਾਲ ਕਹਿਣ ਦਿੰਦੇ, ਠੀਕ ਆ? ਜਿਆਦਾ ਦੋਸਤਾਂ ਨੇ ਪਿਆਰ ਨਹੀਂ ਦੇ ਕੇ, ਮੈਂ ਕਿਹਦਾ ਕਰ ਰਿਹਾ ਕੋਈ? ਆ ਯਾਰ ਉਸ ਮੇਰੇ ਨਹੀਂ, ਸਾਡੇ ਪੁਲਿਸ ਵਾਲੇ ਨਾਲ ਬਹਿੰਦੇ ਨਹੀਂ ਆ। ਕੁਛ ਨੀ, ਹਾਂਜੀ ਕੀ ਨਾਮ ਆ ਤੁਹਾਡਾ? ਪ੍ਰੈਸ ਤੋਂ ਕੀ ਗੱਲ ਹੋਈ ਹੈ? ਕੁਛ ਨੀ ਹੋਈ ਸਰ। ਨਹੀਂ ਕੀ ਕਾਰਨ ਕੀ ਹੈਗਾ? ਮਤਲਬ ਗੱਡੀ ਮੇਰੀ ਉਹ ਲੱਗੀ ਆ ਇਥੋਂ, ਤਾਂ ਆਹ ਬੰਦੇ ਨੇ ਕੀ ਗੱਡੀ ਹੁਣ ਘੁਮਾ ਕੇ ਇਦਾਂ ਕਰ ਰਹੀ, ਜਿੱਦਾਂ ਆਹ ਗੱਡੀ ਲਾਈ, ਇਦਾਂ ਲਾਈ ਇਹਨੇ ਬੰਦੇ ਨੇ। ਕਿਹੜੀ ਜਗ੍ਹਾ ਤੋਂ ਤੁਸੀਂ ਲਾਈ? ਕਿਹੜੀ ਗੱਲ ਕਿਹੜੀ ਜਗ੍ਹਾ ਤੋਂ ਵੀਰੇ? ਕਿਹੜੀ ਗੱਲ ਲਾਈ? ਇਹ ਵੀ ਤਾਂ ਤੂੰ ਪ੍ਰੈਸ ਰਿਪੋਰਟਰ ਹੈ ਭਾਜੀ? ਬਿਆਨ ਦੋ ਤੂੰ, ਜਾਂ ਮੈਂ ਬਿਆਨ ਦੇਣ ਦਿਆ? ਹਾਂਜੀ ਹਾਂਜੀ। ਕਿਹੜੀ ਜਗ੍ਹਾ ਤੋਂ? ਮੈਂ ਬਤਾਲੇ ਤੋਂ, ਬਤਾਲਾ ਪਿੰਡ ਦਾ। ਠੀਕ ਹੈ। ਤੇ ਇਹਨਾਂ ਦਾ ਜਿਹੜਾ ਬੱਸ ਵਾਲਿਆਂ ਦਾ ਆਰੋਪ ਹੈਗਾ, ਉਹ ਕਹਿੰਦੇ ਹੈਗੇ ਆ ਕਿ ਸਾਡੇ ਮੂਹਰੇ ਗੱਡੀ ਜਿਹੜੀ ਇੱਧਰ ਉੱਧਰ ਕਰ ਰਹੇ ਸੀਗੇ, ਐਕਸੀਡੈਂਟ ਦਾ ਜਿਹੜਾ ਹੈਗਾ ਸੀਗਾ, ਉਸ ਤੋਂ ਇਲਾਵਾ ਉਹ ਵਿਵਾਦ ਜਿਹੜਾ ਹੈਗਾ, ਉਹ ਕਹਿੰਦੇ ਜਿਹੜੀ ਇਹਨਾਂ ਨੇ ਬੱਸ ਲਾਈ ਆ, ਜਿਹੜੀ ਇਹਨਾਂ ਨੇ ਬੱਸ ਲਾਈ ਆ ਉਹਦੀ ਕਹਿੰਦੇ ਫੋਟੋ ਖਿੱਚੀ ਆ, ਖਿੱਚੀ ਆ। ਇਹਨਾਂ ਦੀ ਬੱਸ ਕਿੱਧਰ ਲੱਗੀ ਆ? ਜਿਹੜਾ ਬੰਦਾ ਨਹੀਂ ਡਰਿੰਕ ਕਰਦਾ ਹੱਥ ਖੜਾ ਕਰੋ, ਸਾਰਿਆਂ ਦੇ ਕੈਮਰਾ ਘੁਮਾਓ। ਇਹ ਤੁਹਾਡੇ ਡਰਾਈਵਰ ਆ, ਮੈਂ ਕਰਦਾ ਡਰਿੰਕ, ਤੁਹਾਡੇ ਦੋਸਤ ਨਹੀਂ ਖਾਂਦਾ, ਤੁਹਾਡੇ ਦੋਸਤ ਤੁਹਾਨੂੰ ਤੇ ਨਹੀਂ ਪਿਆਰ ਨਾਲ ਕਹਿ ਦਿੰਦੇ, ਤੁਹਾਡੇ ਪਿਆਰ ਨਾਲ ਕਹਿ ਦਿੰਦੇ ਨਹੀਂ ਖਰਾਬ ਹੋ ਰਹੀ ਹੈ। ਤੁਹਾਨੂੰ ਪਿਆਰ ਨਾਲ ਮੈਂ ਪੀਂਦਾ ਨੀ ਹੈਗਾ, ਜੇ ਮੈਨੂੰ ਕਿੰਨੇ ਪਿਆਰ ਤੀ ਆ ਤੇ ਫਿਰ ਮੈਂ ਪਛਾਣ ਕਰੋ, ਅਸੀਂ ਵੀ ਘਰ ਜਾਣਾ ਮਹਾਰਾਜ, ਜਲੰਧਰ ਜਾਣਾ, ਪਛਾਣ ਹੋਏ। ਮੈਂ ਸਾਰਿਆਂ ਤੋਂ ਮਾਫ਼ੀ ਮੰਗਦਾ, ਮਾਫ਼ੀ ਨਾਲ ਇੱਧਰ ਮਾਫ਼ੀ ਮੰਗੋ, ਆਪਣੀ ਗੱਲ ਖਤਮ ਕਰੋ, ਇਹਨਾਂ ਕੋ ਮੰਗੋ ਮਾਫ਼ੀ, ਮੰਗੋ ਆਪਣੀ ਜਾਨ ਛਡਾਓ। ਮੈਂ ਗਲਾਸੀ ਲਾਈ ਆ, ਕੀ ਜੋਬ ਕਿਵੇਂ ਕੋ ਗਲਤੀ ਹੋ ਗਈ ਭਰਾ? ਕੰਮ ਨੂੰ ਟਾਈਮ ਇਸ ਕਰੇ ਹੋਏ ਸਾਡੀ ਗੱਡੀਆਂ ਖੜੀਆਂ ਦੇ, ਇਹਨਾਂ ਡਰਾਈਵ ਕਰਾਵਾ, ਇਹਦਾ ਮੈਡੀਕਲ ਕਰਾਓ, ਦਾਰੂ ਪੀਤੀ ਵੀ ਆ, ਇਹਨਾਂ ਹੋਰ ਵੀ ਮਾਰਨੇ ਸੀ ਮੋਟਰਸਾਈਕਲ ਵਾਲੇ ਦੇ ਬਰਾਬਰ ਪਿਆਰ ਜ਼ਰੂਰ ਮਾਰਨਾ ਸੀ। ਹੋ ਗਏ ਨਾ ਤੁਸੀਂ ਏਦਾਂ ਨਹੀਂ ਦੇ ਗੱਲਾਂ ਆ, ਪਿਆਰ ਵੀ ਭਾਵਨਾ ਚੀਜ਼ ਹੁੰਦੀ ਆ, ਪਿਆਰ ਨਾਲ ਗਲਤੀ ਮੇਰੀ ਪਿੱਛੇ ਘੁਮਾਓ,
ਗਲਤੀ ਮੇਰੀ ਗੱਡੀ ਕਿੱਥੇ ਆ? ਤੁਸੀਂ ਮਾਰ ਰਹੇ ਆ ਬਾਈ ਜੀ, ਉਹ ਨਹੀਂ ਮਾਰੀ, ਪਿੱਛੇ ਕੈਮਰਾ ਘੁਮਾਓ ਤੁਹਾਡੀ ਅਭਜਿੰਦਰ ਤੋਂ ਮੈਂ ਤੇ ਪਿੱਛੇ ਅਫਸੋਸ ਚੱਲ ਰਹੀ ਸੀ ਭਾਈ, ਉਹਨਾਂ ਨੂੰ ਕੋਈ ਇਸ਼ਾਰੇ ਕਰਦਾ ਹੋਊਗਾ, ਇੰਨੀ ਬੱਸ ਲੈ ਕੇ ਮੋੜੇ ਖੜੀ ਕੀਤੀ ਆ, ਇਹ ਖੜੀ ਕਰਕੇ ਇਹ ਲੱਗੇ ਭਜਾਉਣ, ਇਹ ਬੈਕ ਕਰਕੇ ਭਜਾਉਣ ਲੱਗੇ, ਪਿੱਛੇ ਮੇਰੀ ਗੱਡੀ ਸੀ ਸਿੱਧੇ ਉੱਚ ਮਾਰੀ ਲਿਆ ਕੇ ਇਹਨਾਂ ਨੇ ਬੈਕ ਕਰਦਿਆਂ ਨੇ, ਨਹੀਂ ਨਹੀਂ ਮੇਰੇ ਤਾਂ ਗੱਡੀ, ਮੈਂ ਤਾਂ ਆਪਣੇ ਸਾਈਡ ਆ ਰਹੇ ਨੇ, ਮੈਂ ਤਾਂ ਸਾਈਡ ਤੇ ਕੱਲ ਲੱਗਾ ਵੀ ਬੈਕ ਆ ਰਹੀ ਬਹੁਤ ਜ਼ਿਆਦਾ ਤੇ, ਇਹ ਭਜਾਉਣ ਲੱਗਾ ਬੈਕ ਕਰਕੇ ਭਜਾਉਣ ਲੱਗਾ ਜੀ, ਫਿਰ ਮੈਂ ਦੂਜੀ ਪਾਸੇ ਲੈ ਜਾਵਾਂ ਕੱਢ ਕੇ ਬੱਸ ਤੋਂ, ਅਤੇ ਉਹ ਲਿਆ ਕੇ ਮੈਂ ਪਿੱਛੇ ਗੱਡੀ ਦੇਖਣੀ ਅਤੇ ਪਿੱਛੇ ਲਿਆ ਕੇ ਮਾਰੀ ਇਹਨਾਂ ਨੇ, ਭੱਜਣ ਲੱਗਾ ਹੈਗਾ, ਭੱਜਣ ਲੱਗੇ ਕਮਾਲ ਦੀ, ਨਹੀਂ ਭੱਜਣ ਲੱਗੇ, ਮੈਂ ਕਿੱਥੇ ਭੱਜਣਾ, ਬਸ ਕਿਹਦੀ ਕਿੱਦਾਂ ਟੇਢੀ ਹੋਈ ਆ, ਕਿੱਦਾਂ ਹੋਈ ਆ, ਮੈਨੂੰ ਤਾਂ ਇਹ ਨੀ ਪਤਾ ਲੱਗਣ ਦਿਆ ਵੀ ਹਾਂ, ਮੈਂ ਤਾਂ ਚਲੋ ਠੀਕ ਹੈ, ਕਿਤੇ ਯਾਰ ਉਸ ਤੁਹਾਡੇ ਆ ਗਿਆ, ਸਾਰੇ ਸ਼ਾਲ ਨਹੀਂ ਪੀਂਦੇ, ਨਹੀਂ ਪੀਂਦੇ ਲੋਕ, ਡਰਾਈਵਰੀ ਨੂੰ ਕੋਈ ਕਰਦਾ ਸੁਣਾਵੇ ਕੋਈ, ਮਰਜ਼ੀ ਗੱਲ ਵਧਾਈ ਪਰ ਇਹ ਬੱਸ ਨੂੰ ਸਾਈਡ ਤੇ ਕਰੋ, ਪਬਲਿਕ ਹਰਾਸਮੈਂਟ ਹੋ ਰਹੀ ਪਿੱਛੇ, ਤੁਹਾਡਾ ਕੀ ਕਹਿਣਾ, ਮੈਂ ਕਿਹਾ ਜੀ ਨੋਵਾ ਇਹਨਾਂ ਨੇ ਲਗਾਈ ਹੈ ਤੁਹਾਡੇ ਵਾਲੀ ਜਿਹੜੀ ਲੱਗੀ ਹੈ ਪਿੱਛੋਂ, ਨਹੀਂ ਨਹੀਂ ਮੇਰੀ ਜਿਹੜੀ ਸਾਈਡ ਬੈਕ ਠੀਕ ਹੈ, ਮੈਂ ਇਹਨਾਂ ਨੇ ਗੱਡੀ ਜਿਹੜਾ ਟੇਢੀ ਕੀਤੀ ਨਾ, ਬਸ ਮੈਂ ਟੇਢੀ ਕੀਤੀ ਕਿ ਲੈਣਾ, ਬਸ ਟੇਢੀ ਕੀਤੀ, ਰੋਕਣ ਵਾਸਤੇ ਕੀਤੀ ਨਾ ਤੁਹਾਨੂੰ, ਉਹਨੇ ਰੋਕਣ ਵਾਸਤੇ ਕੀਤੀ ਹੈ, ਉਹਨੇ ਮੋਰੇ ਬੱਸ ਲਈ ਰੋਕਣ ਵਾਸਤੇ, ਬੱਸ ਸਾਈਡ ਤੇ ਕਰਾਓ, ਬਾਕੀ ਤੇ ਲੰਘਣ ਰੁਕੇ ਜਾਂਦਾ, ਵੇਖੋ ਤੁਹਾਡਾ ਜੋ ਨਿਬੜਨਾ ਨਿਬੜਨਾ, ਬੱਸ ਸਾਈਡ ਤੇ ਕਰਾਓ, ਬੱਸ ਨਾ ਬੰਦੇ ਨੂੰ ਕਿਹਾ ਰੁਕੇ ਜਾਂਦਾ, ਇੱਕ ਬੰਦਾ ਇੱਕ ਆਮ ਬੰਦਾ ਆਉਂਦਿਆ, ਤੁਸੀਂ ਪਿੱਛੇ ਗੱਡੀ ਵੀ ਦੇਖੀ, ਬੈਗ ਮੈਂ ਪਿੱਛੇ ਗੱਡੀਆਂ ਫਰੌਂਟ ਆ ਗਏ, ਨਹੀਂ ਨਹੀਂ ਇਹ ਗੱਲ ਨਹੀਂ, ਉਹ ਨਹੀਂ ਨਹੀਂ ਕੋਈ ਗੱਲ ਨਹੀਂ ਭਾਜੀ, ਕੋਈ ਗੱਲ ਨਹੀਂ, ਫੇਕੜੀ ਆ, ਹੈਲੋ ਮੇਰੀ ਗਲਤੀ ਕੋਈ ਨੀ ਹੈਗੀ, ਚਲੋ ਜੇ ਮਾਫੀ ਮੰਗਦੇ ਯਾਰ ਤੁਸੀਂ ਖੋਲ ਦੋ, ਤਿਆਰ ਕਰੋ ਤੁਸੀਂ, ਕਹਿੰਦੇ ਮੇਰੇ ਤੋਂ ਭਰਾ ਗਲਤੀ ਹੋ ਗਈ ਆ, ਕੰਮ ਨਿਬੇੜ ਫੇ ਕੀ ਚੱਕਰ ਕੀ, ਤੁਸੀਂ ਕਹੋ ਮੇਰੇ ਮੇਰੀ ਗਲਤੀ ਹੈ, ਸੌਰੀ ਯਾਰ ਗੱਲ ਮੁੱਕ ਕੇ ਜਾਣਾ, ਟੋਟਾ ਹਜ਼ਾਰਾਂ ਭਰ ਜਾਣਾ, ਹਜ਼ਾਰਾਂ ਉਹਨਾਂ ਨੇ ਹਜ਼ਾਰਾਂ ਭਰ ਦੇ ਉਹਨਾਂ ਮਾਫੀ ਮੰਗਦੇ, ਗੱਲ ਨਹੀਂ ਪੜਦੀ ਆ, ਮੇਰਾ ਹਜ਼ਾਰਾਂ ਭਰਦਾ, ਮੇਰੀ ਗੱਡੀ ਨਹੀਂ ਭੱਜੀ ਹੋਈ, ਤੇਰੀ ਭੱਜੀ, ਮੈਂ ਕਿਹੜਾ ਮੈਂ, ਆਹ ਤੇਰੀ ਗੱਡੀ ਗੱਲ ਹੈ, ਜਿਹੜੇ ਬੰਦੇ ਟੇਢੀ ਗੱਡੀ ਬੱਸ ਕੀਤੀ ਹੈ ਨਾ, ਫੇਰ ਮੈਂ ਅੰਮ੍ਰਿਤਸਰ ਤੋਂ ਆ ਰਿਹਾ ਸੀ ਜੀ, ਹਾਈਵੇ ਤੇ ਜਾਮ ਇਸ ਕਰਕੇ ਕਰਿਆ ਜੀ, ਰਈਏ ਤੋਂ ਮੈਂ ਆ ਰਿਹਾ ਸੀ, ਇੱਕ ਪੁਲਿਸ ਮੁਲਾਜ਼ਮ ਸਵਿਫਟ ਗੱਡੀ ਲੈ ਕੇ ਵਰਦੀ ਵਿੱਚ ਪਈ ਗੱਡੀ ਦੇ, ਡਰਿੰਕ ਕੀਤੀ ਵੀ ਆ ਤੇ ਮੇਰੇ ਮੂਹਰੇ ਬ੍ਰੇਕਾਂ ਮਾਰ ਰਿਹਾ, ਕਦੇ ਇੱਦਾਂ ਘੁਮਾ ਰਿਹਾ, ਕਦੇ ਇੱਦਾਂ ਘੁਮਾ ਰਿਹਾ, ਮੈਨੂੰ ਇਸ਼ਾਰੇ ਗਲਤ ਗਲਤ ਇਸ਼ਾਰੇ ਮਾਰ ਰਿਹਾ, ਮੈਂ ਉਹਨੂੰ ਪਹਿਲਾਂ ਮੈਂ ਗੱਡੀ ਬਹੁਤ ਪਿੱਛੇ ਰੱਖੀ, ਜਦੋਂ ਇੱਥੇ ਪੁਲ ਤੱਕ ਆ ਗਿਆ, ਇਹਨਾਂ ਹੋਰ ਬਦਮਾਸ਼ੀ ਕਰੀ, ਮੈਂ ਪੁਲ ਤੋਂ ਗੱਡੀ ਭਜਾ ਕੇ ਇਹਦੀ ਗੱਡੀ ਰੋਕਣ ਲੱਗਿਆ, ਤਾਂ ਇਹ ਗੱਡੀ ਦੇ ਵਿੱਚ ਉਹਨਾਂ ਨੋਵਾ ਦੇ ਵਿੱਚ ਬੈਕ ਕਰਕੇ ਮਾਰੀ, ਤੇ ਫਿਰ ਬਦਮਾਸ਼ੀ ਕਰ ਰਿਹਾ, ਮੈਂ ਪੁਲਿਸ ਵਾਲਾ ਵਾਂ, ਮੈਂ ਡਿਊਟੀ ਕਰਕੇ ਆ, ਨਹੀਂ ਮੇਰੀ ਗੱਡੀ ਨੇ ਟੱਕਰ ਨਹੀਂ ਹੋਈ, ਮੇਰੇ ਮੂਹਰੇ ਬਦਮਾਸ਼ੀ ਬ੍ਰੇਕਾਂ ਮਾਰ ਮਾਰ ਕੇ ਸਵਾਰੀਆਂ ਨੂੰ, ਮੇਰੀ ਗੱਡੀ ਦਾ PV 12 PV 65 BB 2848, ਮੈਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾ ਰਿਹਾ ਸੀ, ਰੋਪੜ ਡਿਪੂ ਆ ਜੀ, ਮੇਰਾ ਇਸ਼ੂ ਇਹ ਆ ਜੀ, ਇਹ ਦਾਰੂ ਪੀਤੀ ਵੀ ਆ, ਮੇਰਾ ਨੁਕਸਾਨ ਕਰਦਾ ਕਰਦਾ ਕਿਸੇ ਹੋਰ ਦਾ ਨੁਕਸਾਨ ਕਰੂਗਾ, ਗੱਡੀ ਮਾਰਤੀ ਮੇਰੇ ਮੂਹਰਾ, ਬ੍ਰੇਕਾਂ ਮਾਰ ਮਾਰ ਕੇ ਮੈਨੂੰ ਤੰਗ ਕਰ ਰਿਹਾ ਜੀ, ਪਰੇਸ਼ਾਨ ਕਰ ਰਿਹਾ ਜੀ, ਮੇਰੀਆਂ ਸਵਾਰੀਆਂ ਦੇ ਬਿਆਨ ਲਓ ਜੀ, ਤੁਸੀਂ ਪਰੇਸ਼ਾਨੀ ਕਰਕੇ ਰੋਡ ਜਾਮ ਕੀਤਾ, ਹਾਂਜੀ ਮੈਨੂੰ ਸਵਾਰੀਆਂ, ਮੈਂ ਪਰੇਸ਼ਾਨੀ, ਸਵਾਰੀਆਂ ਨੂੰ ਪੁੱਛੋ ਜੀ, ਸਵਾਰੀਆਂ ਦੇ ਬਿਆਨ ਲਓ ਜਿਹੜੀ ਮੇਰੀ ਗੱਡੀ ਸੀ, ਨਹੀਂ ਨਹੀਂ ਉਹ ਤੁਸੀਂ ਸਾਈਡ ਤੇ ਰੋਕ ਕੇ ਵੀ ਕਰ, ਅਜੀ ਉਹ ਭਜਾ ਰਿਹਾ ਸੀ ਗੱਡੀ, ਉਹ ਗੱਡੀ ਮਾਰਤੀ, ਮੈਂ ਰੋਕ ਸਾਈਡ ਤੇ ਰੋਕ ਰਿਹਾ ਸੀ, ਉਹਨੂੰ ਖਲਾਰਨ ਵਾਸਤੇ ਮੋੜ ਤੋਂ ਹੀ ਗੱਡੀਆਂ ਲਾ, ਹਾਂਜੀ
ਤੇ ਪੁਲਿਸ ਆਏਗੀ, ਪੁਲਿਸ ਦੇ ਮੈਡੀਕਲ ਕਰਾਵਾਂਗੇ, ਜੋ ਕਾਨੂੰਨੀ ਕਾਰਵਾਈ ਬਣਦੀ ਅਸੀਂ ਕਰਾਵਾਂਗੇ। ਉਹ ਬੰਦੇ ਪੁੱਛੋ ਸਾਹਮਣੇ ਖੜਾ ਜੀ, ਆਹ ਖੜਾ ਜੀ, ਦੇਖੋ ਭੁੱਲੇ ਲੋ ਪਿਆ। ਹਾਂਜੀ, ਥਾਣੇ ਲੈ ਕੇ ਚੱਲੋ, ਸਵਾਰੀਆਂ ਦੇ ਕੇ ਅੱਗੇ ਕੱਢੂਗੇ। ਟਾਈਮ ਖਰਾਬ ਹੋਇਆ, ਟਾਈਮ ਮਿਸ ਹੋਇਆ ਜੀ। ਇਹਦਾ ਹੁਣ ਕੀ ਕਰੋਗੇ? ਇਹਦਾ ਜੁਰਮਾਨਾ ਪਏਗਾ ਜੀ ਇਹਨੂੰ, ਜੋ ਸਾਡਾ ਮੈਂ ਆਏਗਾ ਪਤਾ ਨੂੰ। ਸਾਡੇ ਜੀਐਮ ਨਾਲ ਕਿਸੇ ਨਾਲ ਗੱਲ ਹੋਈ ਆ? ਨਹੀਂ, ਜੀਐਮ ਨਾਲ ਨਹੀਂ, ਅਸੀਂ ਆਪਣੇ ਲੈਵਲ ਨਾਲ ਕਰਾਂਗੇ। ਥਾਣੇ ਹੱਥ ਕਰਦੇ, ਯੂਨੀਅਨ ਨਾਲ ਗੱਲ ਕਰ ਲਈ, ਯੂਨੀਅਨ ਨਾਲ ਗੱਲ ਕਰ ਲਈ। ਹਾਂਜੀ, ਪ੍ਰਧਾਨ ਸਾਡਾ ਪ੍ਰਧਾਨ ਸੀ ਆਇਆ ਸੀ, ਆ ਰਹੇ ਹੋ ਉੱਥੇ, ਅਸੀਂ ਆਪ ਗੱਲ ਕਰਾਂਗੇ, ਦੇਖ ਰਹੇ ਜੋ ਗੱਲਬਾਤ ਤੁਸੀਂ, ਜੇ ਜ਼ਿਆਦਾ ਪੈਂਦਾ ਗੱਡੀ ਥਾਣੇ ਬੰਦ ਕਰਾ ਦਾਂਗੇ ਜੀ ਅਸੀਂ। ਇੱਧਰ ਕਰਿਓ ਗੱਲ, ਉਹ ਸਾਹਮਣੇ ਕੀ ਮੈਟਰ ਕੀ ਹੋਇਆ ਪਤਾ ਨਹੀਂ, ਹੁਣੇ ਆਏ ਹੋ, ਪਹਿਲਾਂ ਦੇ ਆਏ, ਉਹਨਾਂ ਨੂੰ ਪਤਾ ਸਾਹਮਣੇ ਖੜੇ ਇਕੱਠੇ ਆਏ ਸਾਰੇ ਨੇ, ਆਪਾਂ ਨੂੰ ਨੀ ਪਤਾ ਮੈਟਰ ਦਾ, ਉਹਨਾਂ ਨੂੰ ਪਤਾ। ਗੱਡੀਆਂ ਕਿੱਥੇ ਲਿਜਾ ਰਹੇ ਹੋ? ਥਾਣੇ ਲੈ ਕੇ ਜਾ ਰਹੇ, ਥਾਣੇ ਲੈ ਕੇ ਜਾ ਰਹੇ। ਮੁਲਾਜ਼ਮ ਨਾਲ ਗੱਲ ਹੋਈ ਹੈ, ਕੀ ਕਾਰਨ ਹੈਗਾ ਜਿਹੜਾ ਉਹਨਾਂ? ਮੇਰੀ ਨਹੀਂ ਹੋਈ, ਉਹਨਾਂ ਦੀ ਹੋਈ, ਉਹ ਮੁੰਡੇ ਦੂਜੇ ਜਿਹੜੇ। ਹਾਂਜੀ, ਆ ਮੁੰਡੇ ਜਿਹੜੇ ਨਾਲ ਉਹਨਾਂ ਦੀ ਹੋਈ ਹੈ। ਹੁਣ ਗੱਡੀਆਂ ਜਾ ਰਹੀਆਂ ਥਾਣੇ ਲੈ ਕੇ ਜਾ ਰਹੇ, ਥਾਣੇ ਲੈ ਕੇ ਜਾ ਰਹੇ। ਸ਼ਿਕਾਇਤ ਦਾ ਪਤਾ ਲੱਗਿਆ ਕੀ ਕਾਰਨ ਸੀਗਾ? ਪਤਾ ਲੱਗ ਚਾਲੀ ਪੰਜਾਹ ਗੱਡੀਆਂ ਸਰ, ਅਸੀਂ 5 ਮਿੰਟ ਚ ਆ ਗਏ ਉਸੇ ਵੇਲੇ।